ਮੇਰੀ ਜਿਆਦਾ ਨਹੀਂ ਫਰਿੱਜ ਦੇ ਦੋ ਤੁਸੀਂ ਪਹਿਲੇ ਨੂੰ ਫਰਿੱਜ ਦੇ ਦੇ ਅਸੀਂ ਦੋ ਕੂਲਰ ਦੇ ਦਾਂ ਮੈਂ ਤੇ ਲਾਵਾ ਦੇ ਦੋ ਠੀਕ ਆ ਦੇ ਦੇ ਤੀਜੇ ਨੂੰ ਪੱਖਾ ਹੋ ਜਾਏ ਤੀਜੇ ਨੂੰ ਪੱਖਾ ਦੇ ਦੇਣਾ ਠੀਕ ਆ ਫਰਿੱਜ ਦੇ ਬਾ ਠੀਕ ਆ ਵੀ ਉਹਦਾ ਬੱਚਾ ਵਾ ਇਹਨੇ ਥੋੜੀ ਬਹਿਣਾ ਆ ਮੈਂ ਛੱਡੇ ਹੁੰਦੇ ਸੀ ਆ ਆ ਉਹ ਪਿਛਲਾ ਇਹ ਸਾਰਾ ਇਹਨਾਂ ਦਾ ਖਾਨਦਾਨ ਬੜੇ ਨਤੀ ਕੁਦਰੀ ਇਹ ਆਪਣੇ ਅੰਡੇ ਲੱਗ ਲੱਗਦੀ ਹੈ ਨਾ ਉਹ ਜੀ ਜੀ ਇੱਕ ਨਾ ਚਲੋ ਮੈਂ ਨਾਂ ਨੀ ਲੈਣਾ ਕਿਸੇ ਜਾਫੀ ਦਾ ਅਸੀਂ ਬੋਲ ਬਾਲ ਘੱਟ ਹੀ ਸਾਂਝੇ ਕਰਦੇ ਹੁੰਦੇ ਹਾਂ ਉਹ ਅਸੀਂ ਨਾ ਏਦਾਂ ਹੀ ਮੈਚ ਤੇ ਕਹਿੰਦਾ ਇਹ ਮੇਰੀ ਲੱਤ ਲੁੱਤ ਫੜ ਲੈਣ ਧੌਲ ਮਾਰ ਕੇ ਫੜਦੇ ਮੈਨੂੰ ਇਹ ਧੌਲਾ ਪਤਾ ਮੈਂ ਕਿੰਨੀਆਂ ਫਰੰਦੀ ਪੁਰੀ ਦੀਆਂ ਖਾਧੀਆਂ ਇਹ ਪੂਰਾ ਰਵੀ ਪੜਿੰਗ ਦੀ ਵਰਗਾ ਲੱਗਦਾ ਆਹ ਤੇ ਲੇਟ ਹੋ ਗਈ ਆ ਮੀਂਹ ਜਿਹਾ ਕਰਕੇ ਕਣਕ ਦੇ ਅੱਧੀ ਇੰਨੇ ਚੁਣੌਤੀ ਤੇ ਬੁੜਕ ਜਾਣੀ ਸੀ ਕਣਕ ਲੱਭਣੀ ਨੀ ਉਹਨੂੰ ਸਲਾਹ ਕਰ ਲੈਣੀ ਸਲਾਹ ਕਰਕੇ ਤੇ ਫਿਰ ਆਪਾਂ ਤਰੀਕ ਦੇ ਦੇਣੀ ਆ ਵੀਹ ਦੇ ਵਿੱਚ ਵਿੱਚ ਰੱਖਣੀ ਉੱਨੀ ਵੀਹ ਦੇ ਉੱਥੇ ਰੱਖਣੀ ਜਿਵੇਂ ਇੱਥੋਂ ਤੁਰੇ ਆਪਾਂ ਤੁਹਾਡੇ ਗੁਰਪੋਰ ਸਿੰਘ ਖੇਮ ਕਰਨ ਜਾ ਲੱਗੇ ਇਧਰੋਂ ਪੱਟੀ ਤੋਂ ਅੰਦਰ ਅੰਦਰ ਸੰਭਾਲ ਤੋਂ ਪਰੇ ਪਰੇ ਨੀ ਉਰੇ ਪੈਸੇ ਇਕੱਠੇ ਹੋ ਗਏ ਪਹਿਲੀ ਬਾਜੀ 12 ਤਰੀਕ ਦੀ ਤੁਹਾਡੇ ਤੇ ਬੜੇ ਫੋਨ ਆਏ ਉਧਰੋਂ ਬਾਊ ਗਏ ਮੰਮੀ ਗਏ ਪਰ ਇੱਕ ਤਾਂ ਅਸੀਂ ਕਰਦੇ ਫਿਰ ਸਾਰੇ ਨਾਰਾਜ਼ ਹੁੰਦੇ ਬਾਹਰ ਵੀ ਜਾਣਾ ਅਗਲੇ ਦਿਨ ਦੋ ਲਗਾਤਾਰ ਹੀ ਡਾਓ ਫਿਰ
ਚਲੋ ਜਿਸ ਤਰ੍ਹਾਂ ਭਲਵਾਨ ਨੀ ਆਉਂਦੇ ਨਾ ਸ਼ੁੱਕਰਵਾਰ ਵੀ ਬਾਜੀਆਂ ਤੇ ਸ਼ਨੀਵਾਰ ਵੀ ਬਾਜੀਆਂ ਤੇ ਐਤਵਾਰ ਵੀ ਬਾਜੀਆਂ ਵੀਰਵਾਰ ਰੱਖੀਏ ਵੀਰਵਾਰ ਗੇੜੇ ਬਣਿਆ ਕਰਨੇ ਆ ਗੇੜਿਆਂ ਨਾਲ ਤੇ ਕੋਈ ਡਾਲਿਆ ਕਰਾਂਗੇ ਸਿਸਟਮ ਕਰ ਲੋ ਜਿਤਨਾ ਮੰਨ ਲੋ ਆਪਾਂ ਪਹਿਲੇ ਦਿਨ ਐਤਵਾਰ ਜਾਂ ਕੋਈ ਵੀ ਵਾਰ ਕਰ ਲੋ ਤੇ ਕਬੂਤਰ ਉਹੀ ਛੇ ਕਰ ਲੋ ਤੇ ਮੁੜ ਕੇ ਦੋ ਨਾਂਗਿਆਂ ਦੇ ਗੇੜਿਆਂ ਦੇ ਕਰ ਲੋ ਸਾਰਾ ਸੌਖਾ ਕੰਮ ਰਹਿ ਗਿਆ ਲਗਾਤਾਰ ਜਿਹੜਾ ਮਰਜ਼ੀ ਡਾਉਣ ਕਬੂਤਰ ਪੂਰਾ ਵਾ ਗਰਮੀ ਦੀ ਬਾਜੀ ਹੈ ਨਾ ਆਪਾਂ ਮੰਨ ਕੇ ਚਲੋ ਜਿੱਦਾਂ ਤੁਹਾਡੇ ਨਾਲ ਸਲਾਹ ਨੀ ਕੀਤੀ ਆਪਾਂ ਟੈਂਪਰੇਚਰ ਦਾ ਹਿਸਾਬ ਲਾਉਣਾ ਕਿੰਨਾ ਟੈਂਪਰੇਚਰ ਬਣਦਾ ਕਿੰਨੇ ਘੰਟੇ ਬਣਦੇ ਆ ਆਪਾਂ ਪਹਿਲਾਂ ਸਿਲੈਕਟ ਕਰੋ ਵੀ ਚਾਰ ਕਬੂਤਰ ਡਾਉਣੇ ਹੈ ਕਿ ਛੇ ਡਾਉਣੇ ਛੇ ਡਾਉਣੇ ਨਾ ਆਪਾਂ ਛੇ ਡਾਉਣੇ ਦੇ ਫਿਰ ਘੰਟੇ ਰੱਖ ਲਈਏ ਜਾਂ 35 ਘੰਟੇ ਰੱਖ ਲਓ ਜਿਹੜਾ 30 ਰੱਖ ਲਓ ਜਿਹੜੇ 30 ਪਾਰ ਕਰ ਗਿਆ ਉਹਨੂੰ ਅਗਲੇ ਨਾ ਪਾਵਾਂਗੇ ਜਿਹੜਾ ਨਹੀਂ ਪਾਊਗਾ ਉਹਨੂੰ ਅਗਲੇ ਨਾ ਯਾਰ ਮੈਂ ਤੇ ਇਹਨਾਂ ਉਹ ਰੱਖੋ ਹੀ ਨਾ ਰੱਖੋ ਹੀ ਇਹ ਬਾਰਡਰ ਰੱਖੋ ਭਾਵੇਂ 12 ਦਾ 11 ਦਾ ਜਿਹੜਾ ਬਾਰਡਰ ਤੋਂ ਪਹਿਲਾਂ ਬੈਗਾ ਉਹ ਕੱਟਿਆ ਗਿਆ ਉਹ ਤੇ ਕੱਟੇ ਰਹਿਣ ਦੋ ਉਹ ਤੇ ਕੱਟੇ ਰਹਿਣ ਦੋ ਇਹ ਗੱਲ ਕਹਿੰਦਾ ਬਾਰਡਰ ਦਾ ਲੋ ਬਾਰਡਰ ਦਾ ਲੋ ਜਿਹੜਾ ਬਾਰਡਰ ਤੋਂ ਪਹਿਲਾਂ ਪੈਂਦਾ ਉਹ ਕੂਤਰ ਤੇ ਕੋਈ ਨਹੀਂ ਜਾਣੀ ਉਹ ਜਾਂ ਬਾਰਡਰ ਕੇ 11 ਦਾ ਕਰ ਲੋ ਚਲੋ 11 ਨਾ ਕਰ ਲੋ ਇਦਾਂ ਕਰੋ ਹਾਂ 11 ਨਾ ਕਰ ਲੋ ਬਾਰਡਰ ਜੀਵਨ ਰਚਾਈਆਂ ਸੁਣ ਜੰਨੀਆਂ ਤੋਂ 6 ਤੋਂ ਪਹਿਲਾਂ ਪੈਂਦਾ 6 ਤੋਂ 11 ਦਾ ਬਾਰਡਰ ਕਰ ਲੋ ਉੱਥੇ ਹੀ ਬਾਰਡਰ ਤੋਂ ਬਾਹਰ ਵੀ ਨਾ ਟੈਂਪ ਹੋ ਜਾਵੇ ਉੱਥੇ ਆ ਨਹੀਂ ਗੱਲ ਫਿਰ ਹਾਂ ਉੱਥੇ ਹੀ ਹੁੰਦੀ ਜੋ ਜੇ ਮੰਨ ਕੇ ਚਲੋ ਆਪਾਂ ਘੰਟੇ ਪਾਉਣੇ ਆ ਮੁੜ ਕੇ ਜਾਣ ਆਉਣ ਦਾ ਮੋਹਰਾ ਲਾਉਂਦਾ ਜਿਹੜੇ ਖੁੱਲੇ ਆਪਾਂ ਕੱਟ ਦਿੱਤੇ ਉਹ ਆਪਣਾ ਸੌਖਾ ਫਾਇਦਾ ਹੋ ਜਾਊਗਾ ਮੈਨੂੰ ਭਲਵਾਨ ਲੱਗ ਗਈ ਸਮਝ ਭਲਵਾਨ ਦਾ ਮਤਲਬ ਇਹ ਆ ਵੀ ਜਿਹਦੇ 30 ਘੰਟੇ ਜਿਲੇ ਆਪਾਂ 30 ਲਿਖੇ ਆ ਹਾਂ ਜੇ 30 ਕਿਸੇ ਦੇ ਨਹੀਂ ਪੂਰੇ ਹੁੰਦੇ 29 29.5 ਵੀ ਹੁੰਦੇ ਆ ਉਹ ਬਾਹਰ ਹੋ ਗਿਆ ਉਹ ਗੇਮ ਚੋਂ ਬਾਹਰ ਅਗਲੇ ਦਾ ਰੋਲ ਨਹੀਂ ਡਾ ਸਕਦਾ ਸੌਖਾ
ਉਹਦੀ ਇੰਟਰਵਿਊ ਆ ਗਈ ਤੇ ਉਹ ਜਮਾ ਹੋ ਗਈ ਆ ਤੇ ਉਹ ਬਾਹਰ ਜੇ ਖੁੱਡੇ ਪੰਜ ਗਏ ਆਪਣੇ ਜਿੰਨੇ ਬਰੇਜ ਹੋਏ ਮੰਨ ਲਓ 30 ਜਾਂ 35 ਘੰਟੇ ਰੱਖਦੇ ਆ ਆਪਾਂ 35 ਦੇ ਵਿੱਚ ਮੰਨ ਲਓ ਬਾਕੀ ਸਾਰੇ ਖੁੱਡੇ ਥੱਲੇ ਰਹਿ ਗਏ ਪੰਜ ਹੀ ਗਏ ਉਹ ਬਾਹਰ ਹੋ ਗਏ ਤੇ ਫਿਰ ਪੰਜਾਂ ਦੇ ਵਿੱਚ ਜਿਹਦੇ ਘੰਟੇ ਸਭ ਤੋਂ ਜ਼ਿਆਦਾ ਆਏ ਉਹਨੂੰ ਤੁਸੀਂ ਪਹਿਲਾਂ ਆਪਣਾ ਉਹ ਫੇਰ ਡਾਉਣੇ ਉਹ ਪੰਜ ਫੇਰ ਡਾਉਣਗੇ ਕਬੂਤਰ ਕਿਹਦਾ ਟਾਈਮ ਨਾਲ ਬਹਿ ਜਾਂਦਾ ਵਾ ਕਬੂਤਰ ਉਹ ਮਾੜਾ ਵਾ ਉਹ ਕਬੂਤਰ ਬੰਦਾ ਕੱਢ ਕੇ ਹੋਰ ਕੋਈ ਪਾਲੇ ਦੇ ਫੇਰਾ ਫੇਰੀ ਆ ਕਬੂਤਰ ਉੱਡਣੇ ਆ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਲਿਆ ਕੇ ਡਾਲੇ ਉਹਦੇ ਜੋ ਮਰਜ਼ੀ ਕਰ ਲੈ ਕੋਈ ਕੱਟਾ ਕੱਟੀ ਮਰਜ਼ੀ ਇੱਕ ਸ਼ਰਤ ਰੱਖੀਏ ਜਿੱਦਾਂ ਆਪਾਂ ਨਾਮ ਦੇਣੇ ਨਾ ਆਪਾਂ ਗੁਰਦੁਆਰੇ ਬਾਬੇ ਵਿਧੀ ਜਾਂ ਦਵਾਂਗੇ ਜਿਹਨੇ ਬੇਈਮਾਨ ਨਹੀਂ ਕੀਤੀ ਆ ਜੂ ਲੈ ਜੂਗਾ ਤੇ ਜਿਹਨੇ ਨਹੀਂ ਕੀਤੀ ਉਹ ਆਣ ਕੇ ਲੈ ਆ ਸਹੀ ਗੱਲ ਤਾਂ ਨਹੀਂ ਗੁਰੂ ਮਹਾਰਾਜ ਘਰ ਨਾਮ ਦਿੰਦੇ ਆਪੇ ਕੋਈ ਸੱਚਾ ਕਬੱਡੀ ਵਾਲੇ ਪਿਆਰ ਵਧਾਉਣਾ ਜੇ ਤੁਸੀਂ ਕਬੂਤਰ ਬਾਜ ਸਾਰੇ ਕਬੂਤਰ ਡਾਉਂਦੇ ਜੇ ਸਾਡੇ ਨਾਲ ਪਹਿਲੀ ਵਾਰ ਮਿਲੇ ਜੇ ਨਾ ਸਾਰਾ ਕੁਝ ਇਹ ਹੁੰਦਾ ਪ੍ਰੇਮ ਪਿਆਰ ਗਾਂਹ ਪ੍ਰੇਮ ਵਧਣਾ ਤੇ ਆਪਾਂ ਇਹ ਚੀਜ਼ ਨੂੰ ਪ੍ਰੇਮ ਦੇ ਵਿੱਚ ਲੈਣਾ ਤੇ ਪ੍ਰੇਮ ਗਾਂਹ ਵਧਾਉਣਾ ਸਾਰਿਆਂ ਦੇ ਭਰਾਵਾਂ ਦੇ ਸੰਯੋਗ ਦੇ ਨਾਲ ਇਹ ਬਾਜੀ ਆਪਾਂ ਹੋਰ ਤਾਂ ਕਰਦੇ ਜੇ ਅੱਜ ਆਪਾਂ ਰਲ ਕੇ ਚੱਲਦੇ ਹਾਂ ਲੋਕਾਂ ਕੱਲ ਹੋਰ ਆਪਣੇ ਨਾਲ ਜੁੜਨਾ ਤੇ ਉਹ ਬਾਜੀ ਸਾਫ ਸੁਥਰੀ ਕਰਾਉਂਦੇ ਆ ਤੇ ਆਪਾਂ ਯਾਰ ਆਹ ਕੰਮ ਰੱਖਿਆ ਕੀ ਕਰਾਂ ਇਹ ਤੋਂ ਹੋਰ ਵਧਾਵਾਂਗੇ ਕਿ ਨਹੀਂ ਇਹ ਤੋਂ ਗਾਂ ਉਹ ਤੋਂ ਅੱਗੇ ਹੋਰ ਚੰਗਾ ਕਰਾਂਗੇ ਇਦਾਂ 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 ਕਰਦੇ ਆਵਾਂਗੇ ਨਾਮ ਦੀ ਦੱਸੋ ਕੀ ਦੇਣਾ
ਮੈਂ ਤੇ ਬਾਜੂ ਸਲਾਹ ਕਰ ਲੈਣੀ ਸੀ ਆਪਦੇ ਕੋਲ ਨਹੀਂ ਨੰਬਰ ਦੇ ਦੋ ਕੋਈ ਨਹੀਂ ਜੇਦਾ ਮੇਰੀ ਗੱਲ ਸੁਣੋ ਦੇ ਦਿੰਦੇ 1 ਮਿੰਟ 10 ਬੰਦਿਆਂ ਦੀ ਮੈਂਬਰ ਆ ਦਾ ਅਹੀਂ ਦਾ ਆ 10,000 ਮੈਂ ਦੇ ਦੂ 10,000 ਬੱਜ ਦੇ ਦੂ 10-10 ਜਣੇ ਆ ਜੋ ਜਿਹੜਾ ਬਾਜੀ ਤੋਂ ਪਹਿਲਾਂ ਜਿੱਤ ਲਿਆ ਉਹ ਦੇ ਦਿਆਂ ਕਿੰਨੂੰ ਬਾਜੀ ਤੋਂ ਪਹਿਲਾਂ ਮੈਚ ਨਹੀਂ ਮੈਚ ਨਹੀਂ ਹੈਗਾ ਕੋਈ ਮੈਚ ਮੈਂ ਦੇ ਦਿੰਦਾ ਕੋਈ ਚੱਕਰ ਨਹੀਂ ਉਹ ਤੇ ਤੁਹਾਨੂੰ ਮੋਟਰਸਾਈਕਲ ਚਾਹੀਦਾ ਮੋਟਰਸਾਈਕਲ ਦੇ ਦਾਂਗੇ ਮੋਟਰਸਾਈਕਲ ਦੇ ਜੋਗੇ ਵਾਧੂ ਆਏ ਨੇ ਨਹੀਂ ਇਹ ਚੱਲ ਪੀਤੇ ਮੋਟਰਸਾਈਕਲ ਦੇ ਦਿੰਨੇ ਆਪਾਂ ਇਹ ਪਤਾ ਕੀ ਚੱਕਰ ਆ ਹਾਂ ਇਹ ਹੁੰਦਾ ਇਹ ਪਤਾ ਚੱਕਰ ਆ ਇਹ ਹੁੰਦੀ ਗੱਲ ਭਾਵਨਾ ਦੀ ਆਪਦੀ ਜੇ ਉਹਨਾਂ ਦਾ ਆਪਦੀ ਕਰ ਲੈਣਗੇ ਉਹੀ ਕਰ ਲੈਣੇ ਸਾਰਾ ਕੁਝ ਇਹ ਉਹ ਭਗਵਾਨ ਜੀ ਕੱਢੀ ਘਟਾਉਣੇ ਕੱਢ ਦੋ ਫਿਰ ਸਲਾਹ ਕਰਕੇ ਮਾਰਨਾ ਉਹ ਕੁਝ ਹੈਗਾ ਹੁਣ 10,000 ਰੁਪਇਆ ਹੀ ਪਾ ਦੇਣੇ 20,000 ਰੁਪਇਆ ਸਾਡੇ 2,000 ਆਏ ਮੇਰੀ ਗੱਲ ਸੁਣ ਅਸੀਂ ਪਹਿਲੇ ਕਬੂਤਰ ਵਾਲਾ ਜਿਹੜਾ ਬਸਟ ਨਿਕਲੂਗਾ ਉਹਨੂੰ ਅਸੀਂ ਗੁਰਜ ਬਣਾ ਕੇ ਦੇਵਾਂਗੇ ਇੱਕ ਇੱਕ ਬੰਦੇ ਨੂੰ ਲਾਸਟ ਵਾਲੇ ਨੂੰ ਬਹਾਦਰ ਕਬੂਤਰ ਹਾਂ ਇੱਕ ਪਹਿਲੇ ਨੰਬਰ ਤੇ ਬੈਸਟ ਕਬੂਤਰ ਆਊਗਾ ਉਹ ਜਿਹੜਾ ਲਾਸਟ ਵਾਲੇ ਦਿਨ ਉਹ ਲਾਸਟ ਤੇ ਨਿਕਲੂਗਾ ਇੱਕ ਕਬੂਤਰ ਵਿੱਚ ਸਭ ਤੋਂ ਜ਼ਿਆਦਾ ਉਹਨੂੰ ਦੇਵਾਂਗੇ ਸ਼ੀਲਡ ਤੇ ਜਿਸ ਤਰ੍ਹਾਂ ਮੰਨ ਕੇ ਚੱਲੋ ਬਾਕੀ ਕੱਪ ਦੇਵਾਂਗੇ ਇਕੱਲੇ ਇਕੱਲੇ ਬੰਦੇ ਨੂੰ ਬਣਾ ਕੇ ਜਿਹੜਾ ਵੀ ਪਾਰਟਿਸਪੇਟ ਕਰਦਾ ਉਹਨੂੰ ਵੀ ਦੇਵਾਂਗੇ ਤੇ ਜਿਹੜਾ ਮੰਨ ਕੇ ਚੱਲੋ ਕਿ ਜਿਹੜਾ ਮੈਂਬਰ ਹਾਂ ਉਹ ਸਾਰੇ ਨੂੰ ਤੇ ਜਿਹੜੇ ਬੰਦੇ ਮੰਨ ਕੇ ਚੱਲੋ ਕਿ ਨੰਬਰਾਂ 'ਚ ਪੈਂਦੇ ਉਹਨਾਂ ਨੂੰ ਤੇ ਦੇਣੇ ਵਧੀਆ ਵਧੀਆ ਨੰਬਰ ਕਿੰਨੇ ਉਹਦਾ ਪਾਰਟ ਯਾਦ ਰੱਖਦੇ ਨਹੀਂ ਭਾਵੇਂ ਛੋਟਾ ਦਈਏ ਖੁੱਡੇ ਬੜੇ ਹੋਰ ਨਾ ਹੋਣਗੇ ਜਦੋਂ ਕਬੂਤਰ ਉੱਡਣ ਡੇ ਲੋਕੀ ਵੜ ਜਾਂਦੇ ਵਿੱਚ ਐਮਰਜੈਂਸੀ ਕੋਈ ਕਬੂਤਰ ਖੁੱਡਾ ਬਿਮਾਰ ਹੋ ਜਾਂਦਾ ਉਹ ਕਿਸੇ ਹੋਰ ਵੀ ਖੁੱਡੇ ਉਡਾ ਸਕਦਾ ਜਦੋਂ ਨਾਂ ਲਗਾਇਆ ਜਿਹਦੇ ਘਰੋਂ ਪਹਿਲੇ ਐਤਵਾਰ ਬਾਜੀ ਉੱਡ ਗਈ ਦੂਜੇ ਐਤਵਾਰ ਉਹਦੇ ਘਰੋਂ ਬਾਜੀ ਉੱਡੂ ਇਹ ਨੀ ਮੈਂ ਅਗਲੇ ਐਤਵਾਰ ਰੱਖਣਾ ਆਪਾਂ ਬਿਮਾਰ ਗਈ ਹੋਰ ਕੰਮ ਨੀ ਬਣਾ ਉਹਦੇ ਘਰੋਂ ਜਿਹੜੀ ਗੱਲ ਆ ਨਾ 10 ਮੈਂਬਰੀ ਦੀ ਕਮੇਟੀ ਬਣਾ ਲਓ ਸਿੱਧੀ ਗੱਲ ਆ ਉਹਦਾ ਤਿੰਨ ਪੰਜ ਕੀ ਬੰਦੇ ਆਪਾਂ ਨੂੰ ਲੱਗਣਾ ਪੈਣਾ ਗਾੜੀ ਆਪਣੇ ਮੁੰਡੇ ਆਪਣੇ ਹੋਣੇ ਉਤਰਾ ਤੁਹਾਡਾ ਸਹਿਯੋਗ ਦਾ ਜਿਹੜਾ ਦੋ ਤੁਸੀਂ ਹੋ ਗਏ ਇੱਧਰਲੀ ਸਾਈਡ ਤੋਂ ਪੀਤਾ ਭਗਵਾਨ ਲੈ ਲਓ ਤੇ ਤੈਨੂੰ ਨੀ ਲੈਣਾ ਤੇ ਤੂੰ ਮੰਨ ਗਿਆ ਮੈਂ ਲੱਗਿਆ ਨਾ ਮੈਂ ਐਂ ਲੱਗੀ ਜਾਂਦੇ ਹੁੰਦੇ ਉਹ ਦੂਜੇ ਹੈਗੇ
ਸਾਨੂੰ ਪਤਾ ਲੱਗਣ ਦਿਆ ਵਾ ਕਿ ਸਾਰੇ ਨੂੰ 10 ਮੈਂਬਰ ਬਣਾ ਕੇ ਇਹ ਕੁੱਤੇ ਬਣਾਉਣਾ ਉਹ ਸਰਦਾਰ ਕੂਲਰ ਦੇ ਦਾ ਮੈਂ ਲਾਵਾ ਠੀਕ ਆ ਤੀਜੇ ਨੂੰ ਪੱਖਾ ਦੇ ਦੇਣਾ ਠੀਕ ਆ ਬਾ ਠੀਕ ਆ ਪੱਖਾ ਮੈਂ ਬਹਾਦਰ ਤੇ ਸੇਵਕ ਦੇ ਦਿੰਦੇ ਤੰਨੇ ਫਰਿੱਜ ਤੁਸੀਂ ਦੇ ਦਿੱਤਾ ਠੀਕ ਆ ਸਾਰੀ ਇੱਕ ਨਾਲੇ ਗੱਲ ਹੋਰ ਪਹਿਲੇ ਦਿਨ ਦਾ ਜਿਸ ਤਰ੍ਹਾਂ ਮਤਲਬ ਕਿ ਜਿਹਨਾਂ ਖੁੱਡਿਆਂ ਚੋਂ ਬਹਿ ਜਾਂਦੇ ਉਹਨਾਂ ਚੋਂ ਕੱਢਣ ਦੇਣੀਆਂ ਸਾਰਿਆਂ ਨੂੰ ਜਿਹੜਾ ਪਾਰਟੀਸਪੇਟ ਵੀ ਕਰਦਾ ਸਮਾਨਤ ਚਿੰਨ ਸਾਰਿਆਂ ਨੂੰ ਦੇਣੇ ਆ ਵੀ ਪਤਾ ਲੱਗੇ ਪਹਿਲਾਂ ਫਰਿੱਜ ਗੋਪੀ ਮਹਾਨ ਤੇ ਬਾਜੂ ਵੱਲੋਂ ਲੈਂਦੇ ਹੋਈ ਚੱਕਰ ਪਹਿਲਾਂ ਇਨਾਮ ਤੇ ਪੈਸਿਆਂ ਦੀ ਵੰਡ ਕਿੱਦਾਂ ਕਰਨੀ ਉਹ ਖੁੱਡੇ ਹਿਸਾਬ ਨਾਲ ਹਾਂਜੀ ਹਾਂਜੀ 5000 ਰੈਂਟਰੀ ਹਿਸਾਬ ਨਾਲ ਉਹ ਵੀ ਤੇ ਬਾਅਦ 2 ਮਿੰਟ ਲੱਗਣੇ ਆ ਉਹ ਜਿੱਤਰਾ ਉਹ ਪਤਾ ਕੀ ਕਰੋ ਜਿੱਤਰਾ ਪਹਿਲਾ ਜਿਹੜਾ ਨਾ ਪਹਿਲਾ ਉਹਨੂੰ ਪਹਿਲਾ ਫਰਿੱਜ ਲੈਦੇ ਗੋਪੀ ਭਗਵਾਨ ਤੇ ਪਹਿਲਾ ਹਿਸਾਬ ਲਾ ਲੈ ਸੀ ਆਪਣੇ ਕੋਲ ਬੈਠਣ ਪਹਿਲੇ ਨਾਲੋਂ ਦੂਜੇ ਨੂੰ 3000 ਦਾ ਜਿੱਤਰਾ ਆਪਾਂ ਆ ਕਰਦੇ ਆ ਬਾਹਰ ਦਿੰਦੇ ਆ ਤਿੰਨ ਨੰਬਰਾਂ ਜਿਹੜੇ ਦੋ ਤਿੰਨ ਨੰਬਰ ਆ ਜਿੱਤਰਾ ਪਹਿਲੇ ਨੂੰ 5 ਦੂਜੇ ਨੂੰ 300 ਦੀ ਉਤਰੇ ਉਸ ਹਿਸਾਬ ਨਾਲ ਉਹ ਵਧੀਆ ਰਹੇ ਇੱਕ ਰਹਿਣਾ ਹੁਣ ਸਾਰੀ ਸਲਾਹ ਹੋ ਗਈ ਆ ਤੇ ਮੇਰੇ ਭਰਾ ਅਗਲੇ ਸਾਲ ਦੀ ਦਿਮਾਗ 'ਚ ਦੇ ਆਪਾਂ ਘੱਟੋ ਘੱਟ 4 ਐਤਵਾਰ ਡਾਉਣੀ ਡਾਉਣੀ ਜਿਹਦੇ ਬਾਜੀ ਆਪਾਂ ਪੂਰੀ ਵੱਡੀ ਕਰਨੀ ਆ ਬਾਜੀ ਉਹ ਫਿਰ ਟ੍ਰੈਕਟਰ ਤੱਕ ਦੀ ਬਾਜੀ ਕਰਾਉਣੀ ਹੈ ਉਹ ਤੁਸੀਂ ਆਪੇ ਕਰ ਲੱਭ ਲਾਂਗੇ ਉਹ ਅਸੀਂ ਬਾਜੀ ਚੰਗੀ ਕਰਾਉਣੀ ਤਰੀਕ ਵਾਰ ਕਰ ਲਈ ਪੱਕੀ ਹੈ ਤਰੀਕ ਕਰ ਲਾਂਗੇ ਉਹ ਕੂਲਰ ਪੀਤੇ ਸਰਾਂ ਲਾਓ ਸਰਾਂ ਠੀਕ ਆ ਤੇ ਪੱਖਾ ਰਵੀ ਬਹਾਦਰ ਕੱਪ ਚਲੋ ਦੇ ਦਾਂਗੇ ਬਹਾਦਰ ਬਹਾਦਰ ਗੁੱਤ ਨੂੰ ਪਹਿਲੇ ਐਤਵਾਰ ਤੁਸੀਂ ਦੇਣਾ ਦੂਜੇ ਐਤਵਾਰ ਆਪੇ ਗੁਰਜ ਦੇਣਗੇ ਬਾਕੀ ਜਿਹੜੇ ਨਾਮ ਹੈ ਕੋਈ ਨੀ ਜਿਹੜੇ ਸ਼ੀਲਡਾ ਸ਼ੁਲਡਾ ਸਾਰਾ ਪਹਿਲੇ ਦਿਨ ਕੱਪ ਮੈਂ ਤਾਂ ਮਿਲ ਲੱਗੇ
ਪਹਿਲੇ ਦਿਨ ਵਾਲੇ ਕੋਈ ਨਾ ਘੰਟੇ ਗਿਣਦੇ ਅਗਲੇ ਐਤਵਾਰ ਦੇ ਗਿਣਦੇ ਪਹਿਲੇ ਦਿਨ ਦੇ ਗਿਣਦੇ ਪਹਿਲੇ ਦਿਨ ਦੇ ਗਿਣਦੇ ਘੰਟੇ ਗਿਣ ਕੇ ਫੇਰ ਹੀ ਐਵਰੇਜ ਕੱਢ ਰਹੀ ਸਾਰੀ ਨੇ ਬਾਰਡਰ ਰੱਖਿਆ ਆ ਪਹਿਲੇ ਦਿਨ ਵਾਲੇ ਘੰਟੇ ਭਾਂ ਦੀ ਪੈਣਗੇ ਪਹਿਲੇ ਦਿਨ ਮੰਨ ਕੇ ਤੁਸੀਂ 30 ਰੱਖੇ 40 ਬਾਰਡਰ ਰੱਖਣਾ ਵਾ ਇੱਕ ਗੱਲ ਮੇਰੀ ਹੋ ਰਹੀ ਲਾਵ ਗਰਮੀ ਹੁੰਦੀ ਉਦੋਂ ਜਿਹੜੇ ਥੱਲੇ ਬੰਨਣੇ ਉਹ ਚਾਰ ਕਬੂਤਰ ਹੀ ਕਰੋ ਚਾਰ ਕਬੂਤਰ ਹੁਣ ਕਿੱਦਾਂ ਬਾਰਡਰ ਵੱਧ ਰੱਖਣਾ ਜੋ ਘੰਟਿਆਂ ਦੀ ਐਵਰੇਜ ਬਣਾਉਣੀ ਦੱਸੋ ਪੀਤਾ ਸਰਾਂ ਇਹਨੂੰ ਜਿਹੜੇ ਵੱਡੇ ਹੁੰਦੇ ਨਾ ਦਸ ਦੋ ਇਹਨੂੰ ਦੇ ਕੇ ਤੈ ਦਊ ਇਹ ਪਹਿਲੇ ਦਿਨ ਬਾਰਡਰ ਆ ਤੇ ਦੂਜੇ ਦਿਨ ਜਿੱਦਾਂ ਫਾਈਨਲ ਚੱਲ ਗਏ ਅਗਲੇ ਦਿਨ ਨਾ ਕੋਈ ਵੀ ਡਾਊਨ ਚੇ ਪਹਿਲੇ ਇਹ ਨੀ ਆ ਪਹਿਲੇ ਉੱਪਰ ਤਾਂ ਕੋਈ ਯਾਰ ਉਹ ਸਿਰ ਦਰਦੀ ਵੱਧ ਨੀ ਜੋ ਡਾਨਾ ਬਲਵਾਨ ਜੀ ਹੋ ਗਈ ਹੈਲੋ
ਹੁਣ ਭਲਵਾਨਾ ਨੂੰ ਸਮਝਣਾ ਤੇ ਫਿਰ ਬਾਜੀ ਜਿੱਤੀ ਜਾਣੀ ਆ। ਜਿੱਤਣੀ ਹਾਰਨਾ ਉਹ ਰੈਪਰ ਦੇ ਹੱਥ ਵਾਸਤੇ ਪਰ ਪਾਰਟੀ ਸਪੀਡ ਕਰੇ ਜਾਨਵਰ ਉੱਡ ਕੇ ਪਵੇ ਕੋਈ ਚੱਕਰ ਜਾਨਵਰ ਇਹ ਯਾਰਾ ਨਜ਼ਾਰਾ ਆ ਜੇ ਜੇਤਰ ਕਰਮਾ ਯਾਰਾ ਕੋਈ ਵੀ ਚੀਜ਼ ਇਹਨਾਂ ਜੇ ਆਪਾਂ ਮਿਹਨਤ ਕੀਤੀ ਆ ਤੇ ਫਲ ਵੀ ਮਿਲਦਾ ਆਵੇ ਲੱਗੇ ਤੋ ਕਿਹੜਾ ਆ ਚੱਲਣਾ ਵਾ ਨਹੀਂ ਉਹ ਭਵਾਨ ਲੈ ਗਏ ਆ ਕਰ ਜੀ ਆ ਕਢਾਇਆ ਮਿਲ ਗਿਆ ਬੰਦ ਕੀਤਾ ਤਾਂ ਮੌਸਮ ਨਹੀਂ ਡਾਉਂਦਾ ਜੀ ਪੜਦਾ ਕੜਨਾ ਪਏ ਮੈਂ ਨਾ ਵੀ ਚੀਕ ਹੀ ਮਰਾ ਦਿੰਦਾ ਜੀ ਇਹਦੇ ਨਾਲ ਦਾ ਇੱਕ ਨਸਲ ਹੀ ਸਾਡੇ ਤੋਂ ਇਹਨੇ ਮੈਨੂੰ ਮੈਂ ਧੱਕਾ ਨਾ ਕਰੀਏ ਇਹਨੂੰ ਕੁਛ ਨਹੀਂ ਨਾ ਮੈਂ ਜਾਣ ਕੇ ਉਹਨੂੰ ਠੋਕਦਾ ਮੋਗੇ ਆ ਯਾ 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 ਹਾਂ ਯਾ ਯਾ ਉਹ ਨਸਲ ਹੀ ਵੇਲਾ ਇਹ ਵੀ ਉਹ ਨਸਲ ਹੀ ਆ ਰਵੀ ਇਦਾਂ ਦਾ ਹੀ ਖਲੋਣੀ ਉਹਦੀ ਮਿੱਠਾ ਬੜਾ ਉਹੀ ਬੜਾ ਮਿੱਠਾ ਹੁਣ ਡਾਤਾ ਇਹਦੀ ਸੱਤ ਤੇ ਪੱਕੇ ਜਾਣਾ ਸੱਤ ਤੋਂ ਪਹਿਲਾਂ ਵੀ ਇਹ ਪੰਜਾ ਇੰਗਰੀਆ ਵਾ ਹੱਡੀ ਦਿਖਾਉਂਦਾ ਹੀ ਦਿਖਾਉਂਦਾ ਹੈ ਪਤਾ ਨਹੀਂ ਕੀ ਚੱਕਰ ਸੋਕੜੇ ਜੇ ਜਿੰਨਾ ਸੋਕੜੇ ਇੰਗਰੀਆ ਵਾ ਨਸਲ ਹੈ ਉੱਡਣਾ ਨਹੀਂ ਪਟਿਓੜੀ ਫੇਟਦੀ ਆ ਬੱਚਾ ਬਾਹਲਾ ਫਿਰਦਾ ਛੋਟਾ ਭਾਣਾ ਚੱਲਦਾ ਇੱਕ ਉਹ ਬੱਚਾ ਜਿਹੜਾ ਚੀਨਾ ਮਗਰ ਚੀਨਾ ਚਾਲੀ ਕਬੂਤਰੀਆਂ ਸੀ ਉਹਦੇ ਚੋ ਆ ਬਚੇ ਫੁੱਲ ਅੱਗ ਕੱਢਦੀ ਆਹ ਬਾਲੀ ਉੱਡਦੇ ਕਬੂਤਰ ਕੱਚੇ ਅੰਡੇ ਨੂੰ ਫੜਿਆ ਲਵਾ ਦੇ ਪੱਕ ਜੇ ਫਿਰ ਨੀ ਚੱਕਣਾ ਨਹੀਂ ਅਜੇ ਕੱਚੇ ਅੰਡੇ ਨਿਕਲਦੇ ਨੀ ਬੱਚੇ ਉਹ ਵੀ ਖੱਟੀ ਕਾਲੀ ਆਖਦਾਗੇ ਇਹ ਇਹਦੀ ਮਾਂ ਹੈਗੀ ਆ ਪਿਓ ਨੂੰ ਆ ਗਿਆ ਕੁੜੀ ਆ ਵਾ ਇਹ ਹੁਣ ਸਾਲੀ ਆਂਡਿਆਂ ਤੋਂ ਰੋਗੀ ਆਂਡੇ ਨੀ ਦੇਂਦੇ ਆਂਡੇ ਨੂੰ ਪਾਈਏ ਦੂਜੀਆਂ ਨਹੀਂ ਹੁਣ ਮੈਨੂੰ ਇੱਕ ਫਾਰਮੂਲਾ ਜਿਹਾ ਦੱਸਿਆ ਗਿਆ ਛਿਲੜਾ ਤੇ ਹੁਣ ਕੱਢਣ ਦਾ ਆ ਵੇਖ ਬੱਚੇ ਇਹ ਨਸਲੀ ਬਣਾਉਂਦੇ ਨਹੀਂ ਅਜੇ ਨੀ ਪੈਣ ਦੇ ਮੱਛਰ ਅਜੇ ਨੀ ਲੜਨਾ
ਤੂੰ ਪਤਾ ਪਾਣ ਲੱਗਣਾ ਹੈਗਾ ਉਹਨਾਂ ਦੇ ਨਾਲ ਥੋੜੀ ਮੱਛਰ ਮੱਛਰ ਲੜਨਾ ਵਾ ਜਦੋਂ ਵਾਣ ਵੱਡੇ ਗਏ ਲੂਆਂ ਵਗੀਆਂ ਉਦੋਂ ਹੁਣ ਇਹਦਾ ਮੈਂ ਗੱਲ ਕਰਦਾ ਆਹ ਕੁੜੀ ਵਾ ਬੱਚਾ ਇਹਨੇ ਇਦਾਂ ਦਾ ਕਦੀ ਨੀ ਕੱਢਿਆ ਪੁੱਲਾ ਕੱਢਿਆ ਆਹ ਕੱਟ ਬੱਚਾ ਕੱਢਦਾ ਹੈ ਇਹ ਕੁੜੀ ਵਾ ਜਦੋਂ ਕਾਲਿਆ ਖੰਭਾ ਵਾਲਾ ਬੱਚਾ ਕੱਢ ਦਿੰਦਾ ਨਾ ਮੈਂ ਨਾ ਵਿਆਹ ਕੇ ਕੱਢਿਆ ਕਾਲਿਆ ਖੰਭਾ ਵਾਲਾ ਤੇ ਮੈਨੂੰ ਚਾਅ ਚੜ ਗਏ ਉਹਨੇ ਕੂਸੇ ਨੇ ਜਦੋਂ ਕੱਢਿਆ ਤੇ ਉਹ ਬਹਿ ਗਿਆ ਤਰੇਕਦੇ ਜਾ ਕੇ ਲੰਗਰ ਫੜ ਕੇ ਮਰੋੜਤਾ ਉੱਥੇ ਉੱਥੇ ਚਿੜੀ ਮਾਰ ਜਾ ਪੈ ਗਿਆ ਨਾ ਚਿੜੀ ਮਾਰ ਮਾਰਦਾ ਉਹ ਕੁੜੀ ਆਵੇ ਫੜਦਿਆਂ ਸਾਰੀ ਲਾ ਦਿੰਦੇ ਇਦਾਂ ਹੁਣ ਕੁੜੀ ਹੋਈ ਨਜ਼ਰ ਹੀ ਲੱਗ ਜਾਂਦੀ ਕੁੜੀ ਹੋਈ ਕਰਦਿਆ ਕਰੋ ਨਾ ਜਿਹੜਾ ਸੋਹਣਾ ਲੱਗਦਾ ਆਵੇ ਜੋੜਾ ਕੱਟ ਕੇ ਇਹਨਾਂ ਨੂੰ ਕੀ ਕਰਾਂਗਾ ਆਵੇ ਆਹ ਲਿਆਂਦਾ ਜੋੜਾ ਆਹ ਬੱਚੇ ਨਿਕਲੇ ਹੁਣ ਇਹਨਾਂ ਦੇ ਹੁਣ ਇਹਨਾਂ ਦਾ ਰਿਜ਼ਲਟ ਦਾ ਪਤਾ ਲੱਗ ਜਾਣਾ ਕੀ ਕਰਦੇ ਰੱਬ ਵੱਲੋਂ ਮੈਂ ਨਹੀਂ ਡਾਉਣਾ ਕਬੂਤਰੀ ਡਬੀ ਸੁਰਖੀ ਰੱਤੀ ਪਿਛਲੀ ਓਹਦਾ ਹੀ ਖਾਨਦਾਨ ਆ ਸਾਰਾ ਅੱਛਾ ਅੱਛਾ ਆਹ ਵੀ ਓਹਦਾ ਬੱਚਾ ਵਾ ਇਹਨੇ ਥੋੜੀ ਬਹਿਣਾ ਆਹ ਮੈਂ ਛੱਡੇ ਹੁੰਦੇ ਸੀ ਆਹ ਆਹ ਪਿਛਲਾ ਇਹ ਸਾਰਾ ਇਹਨਾਂ ਦਾ ਖਾਨਦਾਨ ਕਬੂਤਰੀ ਇਹ ਆਪਣੇ ਅੰਡੇ ਲੱਗ ਲੱਗਦੀ ਹੈ ਨਾ ਜੀ ਇਹਦੇ ਆਪਣੇ ਤੋਂ ਹੋ ਗਏ 8 ਵਜੇ ਕਹਿੰਦੇ ਮਾਂ ਭੈਣ ਭਰਾ ਨਹੀਂ ਲਾਈ ਦੇ ਮੈਂ ਭੈਣ ਭਰਾ ਲਾ ਕੇ ਵੇਖੇ ਮੈਂ ਕੀ ਕਰਦੇ ਕਹਿਣੇ ਹੋਣੇ ਅਰ ਕੀ ਲੱਗੂ ਪਤਾ ਪਰ ਮੈਨੂੰ ਲੱਗਦਾ ਪਟਾਕੇ ਪਾਉਣਗੇ ਕਬੂਤਰ ਲੱਭ ਦੋ ਕਿੱਥੇ ਆ ਦੂਜਾ ਰਾਜਾ ਬੜੀ ਚੀਜ਼ ਆ ਗੱਲ ਸੁਣ ਰਿਹਾ ਇਹਦੀ ਮਾਂ ਵੀ ਆ ਉੱਡੀ ਹੈ ਆਹ ਬੱਚਾ ਚੰਡੇ ਵਾਲਾ ਬਣਿਆ ਪਿਓ ਪਿੱਛੇ ਪਿੱਛੇ ਯਾਰ ਬਾਹਰ ਹੋ ਗਿਆ ਨਹੀਂ ਉੱਦਾਂ ਹੀ ਮਾੜਾ ਜਿਹਾ ਅਜੇ ਬਚਾ ਹੀ ਇਹ ਲੰਘ ਜਾਣਾ ਦੁਨੀ 2008 ਦੀ ਉਦੋਂ ਸੁਖਮਨ ਨਵਾਂ ਨਵਾਂ ਖੇਡਣ ਲੱਗਾ ਸੀ 8 ਚ ਕਿਸੇ ਤੋਂ ਫੜਿਆ ਨਹੀਂ ਜਾਂਦਾ ਸੈੱਟ ਸੀ ਪੂਰਾ ਸਾਡੀ ਟੀਮ ਹੀ ਅਤੇ ਹੋਰ ਆਉਂਦੇ ਹੁੰਦੇ ਸੀ ਕੁਲਜੀਤੇ ਕੁਲਜੋਤੇ ਹੋਣੀ ਇਹ ਟੀਮ ਆਉਂਦੀ ਹੁੰਦੀ ਇੱਧਰੋਂ ਖਾਨੂ ਵਾਲੀ ਜਿੰਦਰ ਲਿਆਉਣਾ ਹੁੰਦਾ ਸੀ ਗੁਰਲਾਲ ਗੁਰਲੂਲ ਹੋਣੀ ਆਏ ਉਸ ਸੀਜ਼ਨ ਗੁਰਲਾਲ ਘਨੌਰ ਹੋਣੀ ਅਤੇ ਨਾਲ ਤਜੀਤਾ ਮਲਸੀ ਵਾਲਾ ਅਤੇ ਮੰਗੀ ਨਹੀਂ ਹੈ ਮੰਗੀ ਬਾਕੀ ਸਾਰੇ ਪਲੇਅਰ ਹੋਣੇ ਹੁੰਦੇ ਉਦੋਂ ਉਹਨਾਂ ਨੇ ਧਰਮਚੰਦ ਕੋਟ ਬੈਸਟਾਂ ਨੂੰ ਰੱਖੀਆਂ ਸੀ ਗੁਰਜਾਂ ਇੱਕ ਗੁਰਜਾਂ ਨਾ ਖੜੀਆਂ ਕਰਕੇ ਰੱਖੀਆਂ ਅਤੇ
ਟਾਈਮ ਨਾਲ ਹੀ ਚੱਲ ਗਏ ਅਤੇ ਮੈਂ ਜਾ ਕੇ ਗੁਰਜਾਂ ਦੇ ਗੋਲ ਕਧੇਰੇ ਵੀ ਅੱਜ ਮਹਾਰਾਜ ਕਰ ਕਿਰਪਾ ਅੱਜ ਗੁਰਜ ਖੜਨੀ ਹੈ ਵੀ ਵੇਖ ਜੇ ਤਾਂ ਟਰੈਕਟਰ ਲੋਕੀ ਅਤੇ ਫਿਰ ਉਹਨਾਂ ਨੇ ਸੈਮੀ 'ਚ ਅਤੇ ਫਾਈਨਲ 'ਚ ਕਰਤਾ ਵੀ ਜਿਹੜਾ ਸੈਮੀ 'ਚ ਜੱਫੇ ਵੱਧ ਲਾਊਗਾ ਅਤੇ ਫਾਈਨਲ 'ਚ ਟੋਟਲ ਗਿਣਨੇ ਆ ਮੇਰੇ ਹਿਸਾਬ ਨਾਲ 16-17 ਤੇ ਮੈਂ ਸੈਮੀ 'ਚ ਪਾਤੇ ਭੱਜਣ ਨਹੀਂ ਦਿੱਤਾ ਮੈਂ ਕਿਹਾ ਮੰਡੀ ਲੈ ਕੇ ਰਾਜੀ ਕੋ ਇੱਕ ਮਿੰਟ ਸਾਈ ਹੁੰਦੀ ਇੱਕ ਮਿੰਟ ਤੁਹਾਡੇ ਕੋਲ ਸਿੱਧਵੀਂ ਬੜੀ ਪਲ ਮਿਲਦੀ ਰਹੀ ਬੜੀ ਬੜੀ ਕਿਰਪਾ ਸਿੱਧਵੀਂ ਬੜੀ ਉੱਥੇ ਬਾਬੇ ਜੇਠੇ ਦੇ ਬਾਬੇ ਜੇਠੇ ਅਸੀਂ ਵੀ ਫੁੱਲ ਫਿੱਟ ਕਈ ਵਾਰ ਏਦਾਂ ਲੱਗਦਾ ਕਿ ਇਹਨੂੰ ਫੜਾਂਗੇ ਮਹਿਸੂਸ ਹੁੰਦਾ ਜੀ ਇਹਨੂੰ ਫੜੀਏ ਕਿੱਥੋਂ ਯਾਰ ਜਿੱਦਾਂ ਮੈਂ ਫੜਦਾ ਹਾਂ ਨਾ ਉਦਾਂ ਫੜਿਆ ਨਹੀਂ ਜਾਂਦਾ ਹੁਣ ਮੰਨ ਕੇ ਚੱਲ ਏਡਾ ਬੰਦਾ ਬਗਲ ਪਾ ਕੇ ਥੱਲੇ ਸੁੱਟਣਾ ਜਾਂ ਧੋਣ ਧੋਣ ਫੜ ਕੇ ਥੱਲੇ ਸੁੱਟ ਲੂ ਕੋਈ ਹੁਣ ਜਿੱਦਾਂ ਮੈਂ ਫੜਦਾ ਰਿਹਾ ਉਹਨੂੰ ਜਾਂ ਫੜਿਆ ਮੈਂ ਏਦਾਂ ਫੜ ਲੂ ਕੋਈ ਫੜਨ ਨੂੰ ਲੋਕੀ ਤੇ ਕੈਂਚੀ ਪਾ ਕੇ ਫੜਦੇ ਰਹੇ ਤੇ ਇੱਕ ਇੰਨੀ ਜੰਗ ਏਜ ਮੇਰੀ ਜੰਗ ਏਜ ਉਹਦੀ ਤੇ ਬੰਦਾ ਸੋਚੀ ਪੈ ਜਾਂਦਾ ਸੀ ਵੀ ਫੜਾਂਗੇ ਭਾਰ ਚ ਭਾਰ ਵੱਜਣਾ ਮੈਂ ਨਾ ਵੀ ਏਦਾਂ ਹੁੰਦਾ ਸੀ ਜਾਨ ਸਾਡੇ ਚ 19-21 ਦੀ ਹੁੰਦੀ ਜਾਨ ਮਤਲਬ ਥੋੜੀ ਜਿਹੀ ਮੇਰੇ ਚ ਜ਼ਿਆਦਾ ਉਹ ਭਜਦਾ ਜ਼ਿਆਦਾ ਹੈ ਉਹ ਜਦੋਂ ਮੰਨ ਕੇ ਚੱਲ ਜੇ ਮੇਰਾ ਜੀਵ ਚੱਲਦਾ ਸੀ ਮਾਮਾ ਕੌਡੀਆਂ ਨਹੀਂ ਪਾਉਂਦਾ ਜਿੱਦਣ ਉਹਨੂੰ ਪਤਾ ਲੱਗ ਗਿਆ ਨਾ ਵੀ ਭਲਵਾਨ ਅੱਜ ਭਲਵਾਨ ਨੇ ਮੈਨੂੰ ਫੜਨਾ ਉਹਨੇ ਪਿਓ ਦੇ ਪੁੱਤ ਨੇ ਕਹਿਣਾ ਵੀ ਵੱਡੀ ਨੀ ਮੈਂ ਪਾਉਣੀ ਤੇ ਜਿੱਦਣ ਉਹਨੇ ਚੱਲਣਾ ਮੈਨੂੰ ਤੇ ਲੱਗਣਾ ਪੈਂਦਾ ਕਿਉਂਕਿ ਮੈਂ ਜਾਫੀ ਹਾਂ ਉਹਨੇ ਫਿਰ 4-5 ਕੌਡੀਆਂ ਹੀ ਪਾਉਣੀਆਂ ਪਰ ਉਹਦੀ ਇੱਕ ਇੱਕ ਸਿਫਤ ਹੈਗੀ ਬੰਦੇ ਦੀ ਪੈਸੇ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ ਉਹਨੇ ਕਿਸੇ ਦੇ ਕਹਿਣ ਤੇ ਕੌਡੀ ਨਹੀਂ ਉਹਨੇ ਇਹ ਮੰਨਣਾ ਪੜੂਗਾ ਜੇ ਉਹਨੂੰ ਕਿਸੇ ਨੇ ਕਹਿ ਦਾ ਸੁਖਮਨ ਕੌਡੀ ਪਾ ਦੇ ਉਹਨੇ ਨਾ ਕੇ ਨਾ ਕੂਣਾ ਨਾ ਸਹਿਣਾ ਨਾ ਪਾਣੀ ਮੰਗਣਾ ਆਪੇ ਫੜ ਕੇ ਪੀ ਲੈਣਾ ਮਾਂ ਵੇਖਿਆ ਚੀਕਾ ਚਾਂਗਰਾਂ ਨੇ ਲੱਗ ਜਾਣਾ ਜਦੋਂ ਉੱਥੇ ਫਿਰ ਵੱਖਰਾ ਮਜ਼ਾ ਆਉਂਦਾ ਸੀ ਕੋਈ ਮੇਲਾ ਹੀ ਕਰਵਾ ਉਹ ਚੱਲ ਮਾੜਾ ਮੋਟ ਮੈਂ ਉਹਦੇ ਨਾਲ ਭਿੜਦਾ ਭੁੜਦਾ ਜਾਫੀ ਥੋੜੀ ਬਾਹੂ ਫੜ ਕੇ ਇੱਧਰ ਨੂੰ ਕੱਢਦਾ ਸੀ ਘੁਮਾਉਂਦਾ ਸੀ ਸਾਰਿਆਂ ਨੂੰ ਇੱਕ ਨਾ ਚਲੋ ਮੈਂ ਨਾਂ ਨਹੀਂ ਲੈਣਾ ਕਿਸੇ ਜਾਫੀ ਦਾ ਅਸੀਂ ਬੋਲ ਬਾਲ ਘੱਟ ਹੀ ਸਾਂਝੇ ਕਰਦੇ ਹੁੰਦੇ ਹਾਂ ਉਹ ਅਸੀਂ ਨਾ ਇੱਦਾਂ ਹੀ ਮੈਚ ਤੇ ਕਹਿੰਦਾ ਇਹ ਮੇਰੀ ਲੱਤ ਲੁੱਤ ਫੜ ਲੈਣਾ ਧੌਲ ਮਾਰ ਕੇ ਫੜਦੇ ਮੈਨੂੰ ਇਹ ਧੌਲਾਂ ਪਤਾ ਮੈਂ ਕਿੰਨੀਆਂ ਫਰੰਦੀਪੁਰੀ ਦੀਆਂ ਖਾਧੀਆਂ ਇਹ ਧੌਲ ਮਾਰ ਕੇ ਥੋੜੀ ਫੜ ਸਕਦੇ ਮੈਨੂੰ ਮੇਰੀ ਲੱਤ ਲੁੱਤ ਫੜ ਲਓ ਜੇ ਫੜਨੀ ਆ ਤੇ ਉੱਤੋਂ ਫੜਦੇ ਆ ਸੁਖਮਨ ਨੇ ਲੋਕੀ ਤੇ ਸੁੱਖਣਾ ਸੁੱਖਣ ਲੱਗ ਪਏ ਤੇ ਵੀ ਇਹਨਾਂ ਦਾ ਯਾਰ ਕੀ ਹੈ ਸਾਨੂੰ ਤੇ ਸਾਈ ਨੀ ਆਉਂਦੀ ਹੁਣ ਕੀ ਬੰਦਾ ਉੱਥੇ ਕੀ ਹੁਣ ਲੋਕਾਂ ਦੇ ਮੂੰਹ ਚ ਪਾ ਲੈਂਦੇ ਆ ਜੇ ਅਜੇ ਵੀ ਕਾਇਮ ਹੁੰਦਾ ਸੀ ਅਜੇ ਵੀ ਨੀ ਲੈਣ ਦੇਣੀ ਸਾਈ ਲੋਕਾਂ ਨੇ ਜਿਹੜੇ ਪਿਆਰ ਕਰਦੇ ਉਹਨਾਂ ਦੇਣੀ ਦੇਣੀ ਬੰਦਾ ਚਲੋ ਦੁਨੀਆਂ ਤੇ ਚੱਲ ਜਾਂਦਾ ਚਲਾ ਚੱਲ ਉਹ ਅਸਲ 'ਚ ਲੋਕਾਂ 'ਚ ਪਹਿਲਾਂ ਕੀ ਚੱਕਰ ਸੀ ਜਿਹੜੀ ਹੋਣ ਵਾਲੀ ਕਬੱਡੀ ਹੈ ਨਾ ਚਲੋ ਅਸੀਂ ਸਾਡਾ ਜਿਹੜਾ ਗਿੱਲਾ ਸ਼ਿਕਵਾ ਸੀ ਨਾ ਇੱਕ ਕਬੱਡੀ ਪ੍ਰਤੀ ਸੀ ਓਦਾਂ ਨਹੀਂ ਹੈਗਾ ਹੁਣ ਮੰਨ ਕੇ ਚੱਲ
ਹੁਣ ਕਿੱਡੇ ਕਿੱਡੇ ਪਲੇਅਰ ਆ ਪਰ ਕੋਈ ਨਾ ਕਬੱਡੀ ਤੱਕ ਖੌਰ ਨਹੀਂ ਰੱਖਦਾ ਗੇਮ ਵੀ ਜਿਹੜੀ ਲੋਕੀ ਵੇਖਣ ਆਉਂਦੇ ਨਾ ਉਹ ਆਪਾਂ ਨੂੰ ਵੇਖਣ ਆਉਂਦੇ ਆ ਕਿ ਥੋੜੀ ਨੋਕ ਝੋਕ ਹੋਵੇ ਕਿ ਯਾਰ ਇਹ ਰਲ ਕੇ ਨਹੀਂ ਖੇਡਦੇ ਕਬੱਡੀ ਨੂੰ ਲੈਂਦੇ ਆ ਸੀਰੀਅਸ ਪੈਸਾ ਨਹੀਂ ਇਹਨਾਂ ਗਾੜੀ ਮੈਟਰ ਕਰਦਾ ਇਹ ਗੇਮ ਮੈਟਰ ਰੱਖਦੇ ਆ ਅੱਜ ਕੱਲ੍ਹ ਵੇਖ ਕਿਹੜਾ ਪਲੇਅਰ ਆ ਕਿ ਆਪਦੀ ਗੇਮ ਮੈਟਰ ਰੱਖਦਾ ਗੇਮ ਨਹੀਂ ਰੱਖਦਾ ਪੈਸਾ ਵੀ ਸਾਨੂੰ ਪਤਾ ਨਹੀਂ ਕੱਲ੍ਹ ਨੂੰ ਕਿਹੜੇ ਪਲੇਅਰ ਦੀ ਲੋੜ ਪੈ ਜਾਣੀ ਅਸੀਂ ਇਹਦੇ ਨਾਲ ਵਿਗਾੜਨੀ ਨਹੀਂ ਵੀ ਸਾਨੂੰ ਕੀਤਾ ਕੱਲ੍ਹ ਨੂੰ ਇਹਦੀ ਲੋੜ ਨਹੀਂ ਪੈ ਜਾਣੀ ਉਹਦੇ ਨਾਲ ਬਣਾ ਕੇ ਰੱਖਦੇ ਆ ਸਾਨੂੰ ਇਹ ਹੁੰਦਾ ਸੀ ਕਿ ਨਹੀਂ ਜਿਹੜੀ ਜਨਤਾ ਆਈ ਨਾ ਇਹਨੂੰ ਖੁਸ਼ ਕਰਨਾ ਪੈਸੇ ਦਾ ਮੈਟਰ ਨਹੀਂ ਹੈ ਹੁਣ ਤੈਨੂੰ ਪਤਾ ਬਿੰਦੇ ਸਰਪੰਚ ਦੇ ਘਰੇ ਬਹਿ ਕੇ ਅਸੀਂ ਬਿੰਦੇ ਨੇ ਸਾਡੀ ਗੱਲ ਕਰਾਈ ਬਹਿ ਕੇ ਪਹਿਲੋਂ ਸਾਨੂੰ 25,000 ਰੁਪਇਆ 25,000-20,000 ਰੁਪਇਆ ਹੁੰਦਾ ਸਾਰਾ ਤੇ ਉਸ ਤੋਂ ਬਾਅਦ ਚ ਅਸੀਂ ਮੈਂ ਕਿਹਾ ਜੀ ਜੇ ਆਪਾਂ ਏਦਾਂ ਮੈਚ ਖੇਡਣੇ ਆ ਆਪਾਂ ਰੇਟ ਵਧਾਈਏ ਫੇਰ 35-40 ਕੀਤਾ ਸੀ ਅਸੀਂ ਬਾਬੇ ਮਾਘੀ ਦੇ ਮੈਚ ਖੇਡੇ ਤੁਸੀਂ ਨਾਰ ਲਈ ਅੱਜ ਫਿਰ ਉਦੋਂ ਮੈਚ ਤੁਸੀਂ ਲਿਆਂਦਾ ਸੀ ਇਹਨਾਂ ਨੂੰ ਦੋ ਉਹ ਦੋ ਦੋ ਭਰਾ ਆਉਂਦੇ ਸੀ ਜਿਹੜੇ ਉਹ ਜਨੇਤਪੁਰੀਏ ਤੁਸੀਂ ਦੋਵੇਂ ਉਹ ਲਿਆਂਦੇ ਸੀ ਉਹ ਜਾਫੀ ਸੋਹਾਂ ਭਗਵਾਨ ਇੱਕ ਬੰਨੇ ਸੀ ਤੁਸੀਂ ਇੱਕ ਬੰਨੇ ਤੁਹਾਨੂੰ 35,000-30,000 ਸਾਈ ਦਿੱਤੀ ਉਦੋਂ ਥੋੜ੍ਹੀ ਸਾਨੂੰ ਬਚਦਾ ਪੈਸੇ ਥੋੜ੍ਹੀ ਬਚਦੇ ਸਹੀ ਉਦੋਂ ਮੰਨ ਕੇ ਚੱਲ ਤਾਬੇ ਤੋਂ ਮੁਖਤਿਆਰੀ ਹੁੰਦੀ ਸਾਰੀ ਜਿੰਨੇ ਇੰਨੇ ਛਾਮਾਂ ਨੂੰ ਫੜਾਤੇ ਆ ਫੜ ਲਿਆਉਣੇ ਕਦੇ ਦੂਜੀ ਗੱਲ ਹੀ ਨਹੀਂ ਕੀਤੀ ਜਵਾਕ ਤੇ ਉਹ ਪਹਿਲੋਂ ਹਿਸਾਬ ਲਾ ਲੈਂਦਾ ਉਹ ਹੁਣ ਪਹਿਲਾਂ ਕੀ ਚੱਕਰ ਪਹਿਲੋਂ ਪੈਸਿਆਂ ਦਾ ਹਿਸਾਬ ਹੀ ਲਾਉਂਦੇ ਆ ਵੀ ਸਾਈ ਕਿੰਨੀ ਆ ਤੇ ਕਿੰਨੇ ਕਿੰਨੇ ਪੈਸੇ ਆਉਣੇ ਇਹ ਚੀਜ਼ ਨੀ ਸੋਚਦੇ ਕਿ ਅਸੀਂ ਅਸੀਂ ਤਕੜੇ ਹੋਈਏ ਤੇ ਪੈਸੇ ਆਪੇ ਆ ਜਾਂਦੇ ਹਾਂ